ਉਹ ਪਿਸ਼ਾਬ ਭਾਜੀ ਕੋਈ ਨਵੀਂ ਤਾਜ਼ੀ ਸੁਣਾਓ। ਬਹੁਤ ਟਾਈਮ ਹੋ ਗਿਆ ਸਾਨੂੰ ਮਿਲੇ ਨੂੰ ਤਾਂ। ਪਿਛਲੀ ਵਾਰੀ ਅਸੀਂ ਮੇਰਾ ਖਿਆਲ 1996 ਚ ਕਿਤੇ ਮਿਲੇ ਸੀਗੇ, ਹਨਾ? ਨਹੀਂ ਭਾਜੀ, ਮੈਨੂੰ ਲੱਗਦਾ ਅਸੀਂ ਇੱਕ ਦੂਜੇ ਨੂੰ ਪਿਛਲੀ ਵਾਰੀ ਮਿਲੇ ਸੀਗੇ 1999 ਵਿੱਚ। ਉਹ ਐਕਚੁਅਲੀ ਭਾਜੀ ਮੈਂ ਤਾਂ ਜੇਲ੍ਹ ਵਿੱਚ ਸੀਗਾ, ਤਾਂ ਨਹੀਂ ਮੈਂ ਮਿਲ ਸਕਿਆ। ਜੇਲ੍ਹ? ਜੇਲ੍ਹ ਕਾਹਦੇ ਵਾਸਤੇ? ਉਹ ਕੁਛ ਨਹੀਂ ਭਾਜੀ, ਤੁਹਾਨੂੰ ਪਤਾ ਹੀ ਆ, ਫੈਮਿਲੀ ਦੇ ਵਿੱਚ ਛੋਟੀਆਂ ਮੋਟੀਆਂ ਲੜਾਈਆਂ ਤਾਂ ਹੁੰਦੀਆਂ ਰਹਿੰਦੀਆਂ। ਮੇਰੇ ਭਰਾ ਨੇ ਮੈਨੂੰ ਜ਼ਮੀਨ ਨਹੀਂ ਦਿੱਤੀ ਤੇ ਮੈਂ ਉਹਦਾ ਕਰਤਾ। ਮੰਮਾ, ਮੈਂ ਤੇ ਅਭੀ ਆਪਣੇ ਰੂਮ 'ਚ ਬੈਠੇ ਹੋਵਾਂਗੇ। ਓਏ, ਆ ਪਿਸ਼ਾਬ ਅੰਕਲ ਨੂੰ ਸਤਿ ਸ਼੍ਰੀ ਅਕਾਲ ਬੁਲਾ। ਡੈਡੀ, ਪਿਸ਼ਾਬ ਅੰਕਲ ਮੀਨਿੰਗ ਮੂਤ ਐਂਡ ਸੂਸੂ। ਇਹੋ ਤੁਹਾਡਾ ਮੁੰਡਾ ਆ? ਹਾਂਜੀ ਪਿਸ਼ਾਬ ਭਾਜੀ, ਇਹ ਗਧਾ ਸਾਡਾ ਹੀ ਆ। ਕਿੰਨਾ ਸੋਹਣਾ ਆ, ਵਿਆਹ ਹੋਇਆ ਵਾ? ਨਹੀਂ ਜੀ, ਛੜਾ ਆ, ਸਾਨੂੰ ਕੋਈ ਰਿਸ਼ਤਾ ਲੱਭਦਾ ਨਹੀਂ ਇਹਦੇ ਵਾਸਤੇ। ਲੈ ਭਾਜੀ, ਤੁਸੀਂ ਮੈਨੂੰ ਪੁੱਛ ਲੈਂਦੇ। ਨਹੀਂ ਭਾਜੀ, ਬੂਥੀ ਤੋਂ ਗੇ ਲੱਗਦਾ ਜ਼ਰੂਰ ਆ, ਪਰ ਹੈ ਨਹੀਂ। ਓਹੋ ਭਾਜੀ, ਮੈਂ ਆਪਣੀ ਗੱਲ ਨਹੀਂ ਕਰ ਰਿਹਾ, ਇਹਦਾ ਵਿਆਹ ਮੇਰੀ ਬੇਟੀ ਨਾਲ ਕਰ ਦਿੰਦੇ ਆ। ਸੱਚੀ? ਲੈ ਹੋਰ ਕਿਆ ਭਾਜੀ, ਮੇਰੇ ਕੋਲ 14 ਬੇਟੀਆਂ ਨੇ, 14। ਜਿਹੜੀ ਮੇਰੀ ਕਾਲੀ ਬੇਟੀ ਆ ਉਹਦੇ ਨਾਲ ਇਹਦਾ ਵਿਆਹ ਕਰਾ ਦੇਣੇ। ਭਾਜੀ, ਸਾਨੂੰ ਕੁੜੀ ਕੋਈ ਸਾਈਡ ਇਫੈਕਟ ਤੋਂ ਬਿਨਾਂ ਚਾਹੀਦੀ ਆ। ਲੈ ਭਾਜੀ, ਤੁਹਾਡਾ ਮੁੰਡਾ ਕਿਹੜਾ ਜੀਸਸ ਆ, ਤੁਹਾਡੇ ਮੁੰਡੇ ਦੀ ਵੀ ਸ਼ਕਲ ਆ ਸੋਫੇ ਨਾਲ ਮਿਲਦੀ ਆ। ਭਾਜੀ, ਫਿਰ ਵੀ ਤੁਹਾਨੂੰ ਪਤਾ ਹੀ ਆ, ਇਹੋ ਸਾਡੀ ਇੱਜ਼ਤ ਦਾ ਸਵਾਲ ਆ। ਭਾਜੀ, ਬੇਟੀ ਜ਼ਰੂਰ ਅਫਰੀਕਾ ਤੋਂ ਆਈ ਲੱਗਦੀ ਆ, ਪਰ ਦਿਲ ਦੀ ਬਹੁਤ ਸਾਫ਼ ਆ। ਕੋਈ ਹੋਰ ਕੁੜੀ ਦੇ ਦਿਓ। ਚੱਲ ਠੀਕ ਆ, ਠੀਕ ਆ, ਇਹਦਾ ਵਿਆਹ ਫਿਰ ਮੇਰੀ ਵੱਡੀ ਬੇਟੀ ਦੇ ਨਾਲ ਕਰਾ ਦਿੰਦੇ ਆ। ਇਹੋ ਗਵਾਂਢੀਆਂ ਦੇ ਨਿਆਣੇ ਆ ਜਿਹੜਾ ਇੰਨਾ ਰੌਲਾ ਪਾਉਂਦੇ ਆ। ਦੇਖੋ ਦੇਖੋ, ਰੌਲਾ ਪਾਈ ਜਾਂਦੇ ਆ। ਓਏ, ਚੁੱਪ ਕਰੋ, ਅੱਜ ਕੱਲ ਕਿੰਨੇ ਇਲਤੀ ਆ ਨਿਆਣੇ। ਭਾਜੀ, ਤੁਸੀਂ ਇਹਨਾਂ ਨੂੰ ਛੱਡੋ, ਤੁਸੀਂ ਕੁੜੀ ਦਾ ਨਾਮ ਦੱਸੋ। ਥੋੜਾ ਜ਼ੋਰ ਲਾ ਕੇ ਨਹੀਂ ਖੇਡ ਸਕਦਾ ਤੂੰ? ਕੁੜੀ ਦਾ ਨਾਮ ਆ ਜ਼ੋਰ ਲਾ, ਜ਼ੋਰ ਵਿੱਚ ਪਾ ਦੇ, ਪਾ ਦੇ ਯਾਰ, ਇੰਨਾ ਔਖਾ ਹੈ ਵਿੱਚ ਪਾਉਣਾ, ਤੂੰ ਰੋਜ਼ ਹੀ ਤਾਂ ਪਾਉਣਾ ਰਹਿਣਾ। ਐਂਦੀ ਪਾਜਾ ਮੁੜ ਮੁੜ ਕੇ, ਐਂਦੀ ਪਾਜਾ ਮੁੜ ਮੁੜ ਕੇ ਬਾਲ ਨੂੰ ਨੈੱਟ ਵਿੱਚ। ਭਾਜੀ, ਇਹੋ ਤੁਹਾਡਾ ਮੁੰਡਾ? ਭਾਜੀ, ਨੋ 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 ਨੋ, ਐਕਚੁਅਲੀ ਸਾਡੇ ਜਰਮਨ ਸ਼ੈਪਰਡ ਕੁੱਤੇ ਦਾ ਖਾਣ ਦਾ ਟਾਈਮ ਹੋ ਗਿਆ, ਹੁਣ ਭੁੱਖਾ ਆ ਵਿਚਾਰਾ। ਸਰਪੰਚ ਘਰੇ ਖਿਲਾ ਦੇ ਕੁੱਤੇ ਨੂੰ, ਖਿਲਾ ਦੇ ਖਿਲਾ ਦੇ, ਕੁੱਤਾ ਬੁਲਾਉਂਦਾ ਆ। ਕੀ ਖਿਲਾਵਾਂ? ਚਪੇੜਾ ਖਿਲਾ ਦੇ, ਢਿੱਡ ਭਰ ਜਾਣੇ ਇਹਦਾ, ਫਿਰ ਆਪ ਹੀ ਚੁੱਪ ਕਰ ਜੂ। ਓ ਯਾਰ, ਇਹ ਕਿੱਦਾਂ ਦਾ ਕੁੱਤਾ ਹੋਇਆ, ਇਹ ਤਾਂ ਬੰਦਿਆਂ ਵਾਂਗੂ ਭੌਂਕਦਾ ਆ। ਓ ਭਾਜੀ, ਜਰਮਨ ਕੁੱਤਾ ਆ, ਇਹਨਾਂ ਦੀ ਲੈਂਗੁਏਜ ਡਿਫਰੈਂਟ ਹੁੰਦੀ ਆ, ਇਹੋ ਸਾਰੇ ਐਦੀ ਭੌਂਕਦੇ ਹੁੰਦੇ ਆ। ਓਕੇ 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 ਓਕੇ, ਮੈਂ ਤਾਂ ਸੋਚਿਆ ਤੁਹਾਡਾ ਮੁੰਡਾ ਆ। ਸਾਡੇ 100 ਪੁਆਇੰਟਸ, ਦੂਜੀ ਟੀਮ ਦੇ 100 ਪੁਆਇੰਟਸ। ਤੁਸੀਂ ਇਹਨੂੰ ਛੱਡੋ, ਤੁਸੀਂ ਮੈਨੂੰ ਕੁੜੀ ਦਾ ਨਾਮ ਦੱਸੋ। ਕੁੜੀ ਦਾ ਨਾਮ ਆ ਛਿੱਟੀ ਜਾਣਾ। ਤੁਹਾਡੇ ਮੁੰਡੇ ਨੂੰ ਮੇਰੇ ਖਿਆਲ ਗੱਸੀ ਪੈਂਦੀ ਹੋਣੀ ਆ ਕੁੜੀ ਦਾ ਨਾਮ ਸੁਣ ਕੇ, ਤਾਂ ਹੀ ਇੰਨਾ ਭੌਂਕੀ ਜਾਂਦਾ ਆ। ਆ ਲੋ ਬਾਲ ਮੋਰੀ ਵਿੱਚ ਪਾ, ਹੋਰ ਵਿੱਚ ਪਾ, ਮੋਰੀ ਕਿੰਨੀ ਵੱਡੀ ਆ, ਤੂੰ ਤਾਂ ਬਾਹਰ ਨਹੀਂ ਹੁੰਦਾ, ਤੂੰ ਸਟਰਗਲ ਕਰਦਾ ਕਰਦਾ ਆ, ਇਹੋ ਕਿਤੇ ਸਾਡਾ ਪਹਿਲਾ ਟਾਈਮ ਆ। ਮੋਰੀ ਵਿੱਚ ਪਾ, ਮੋਰੀ ਕਿੰਨੀ ਵੱਡੀ ਆ, ਤੂੰ ਤਾਂ ਬਾਹਰ ਨਹੀਂ ਹੁੰਦਾ, ਮੋਰੀ ਵਿੱਚ ਪਾ ਪਾ। ਉਹ ਸਰਦਾਰ ਜੀ, ਮੈਨੂੰ ਨਹੀਂ ਲੱਗਦਾ ਇਹਨੂੰ ਕੋਈ ਰਿਸ਼ਤਾ ਲੱਭਣ ਦੀ ਲੋੜ ਆ, ਇਹ ਤਾਂ ਆਪਣਾ ਜੀਵਨ ਸਾਥੀ ਲੱਭੀ ਫਿਰਦਾ ਆ। ਉਹ ਨਹੀਂ ਭਾਜੀ, ਐਦਾਂ ਸੁਣ ਲਓ, ਯਾ
ਬਾਹਰ ਜਾ ਕੇ ਗੁੱਲੀ ਡੰਡਾ ਖੇਲੀਏ ਜਿੱਦਾਂ ਦੇ ਇਹਨਾਂ ਦੇ ਲੱਛਣ ਆ ਗੁੱਲੀ ਡੰਡਾ ਖੇਡਣਾ ਨੀ ਗੁੱਲੀ ਡੰਡਾ ਇੱਕ ਦੂਜਿਆਂ ਦੇ ਚਿੱਤਣਾਂ 'ਚ ਪਸਾਲਾ ਆ ਮੈਂ ਤੈਨੂੰ ਖਿਡਾਉਣਾ ਹੈ ਗੁੱਲੀ ਡੰਡਾ ਤੇਰੀ ਭੈਣ ਨੂੰ